ਲੋ ਜੀ ਸਤਿ ਸ਼੍ਰੀ ਅਕਾਲ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਹੁਣ ਅਸੀਂ ਪਹੁੰਚ ਚੁੱਕੇ ਹਾਂ ਖਰੜ ਦੇ ਦੁਸ਼ਹਿਰਾ ਮੇਲੇ ਤੇ ਸੋ ਤੁਸੀਂ ਦੇਖ ਸਕਦੇ ਹੋ ਪਿੱਛੇ ਕਿੰਨਾ ਲੋਕਾਂ ਵਿੱਚ ਭਾਰੀ ਇਕੱਠ ਹੋ ਰਿਹਾ ਔਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਔਰ ਜਿਹੜਾ ਤੁਸੀਂ ਦੇਖ ਰਹੇ ਹੋ ਸਪੈਸ਼ਲੀ ਬੈਂਡ ਕਿਹਾ ਗਿਆ ਸੀ ਮਹਾਰਾਸ਼ਟਰ ਤੋਂ ਜਿਹੜਾ ਬੈਂਡ ਮੰਗਵਾਇਆ ਗਿਆ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਔਰਤਾਂ ਔਰ ਨੌਜਵਾਨ ਜਿਹੜਾ ਇਹ ਬੈਂਡ ਲੈ ਕੇ ਜਾ ਰਹੇ ਨੇ ਡਿਫਰੈਂਟ ਟਾਈਪ ਦਾ ਇਹ ਬੈਂਡ ਹੈ ਜੋ ਕਿ ਬਜਾਇਆ ਜਾ ਰਿਹਾ ਸਪੈਸ਼ਲੀ ਮਹਾਰਾਸ਼ਟਰ ਤੋਂ ਮੰਗਵਾਇਆ ਗਿਆ ਸੀ ਦਸ਼ਹਿਰਾ ਕਮੇਟੀ ਵੱਲੋਂ ਇਹ ਬੈਂਡ ਮੰਗਵਾਇਆ ਗਿਆ ਔਰ ਇਹਨਾਂ ਨੇ ਬਿਹਤਰੀਨ ਕਲਾਕਾਰ ਨੇ ਜਿਹੜੇ ਇਹ ਬੈਂਡ ਬਜਾ ਰਹੇ ਨੇ ਔਰ ਡਿਫਰੈਂਟ ਟਾਈਪ ਦਾ ਇਹ ਬੈਂਡ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਭੀੜ ਹੈ ਔਰ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਦਸ਼ਹਿਰਾ ਦੇਖਣ ਨੂੰ ਸੋ ਦੇਖੋ ਤਸਵੀਰਾਂ ਬੰਬ ਧਮਾਕਿਆਂ ਦੀ ਧੂਮ ਵਿੱਚ ਦੁਸ਼ਹਿਰੇ ਦੀ ਟਾਈਮਿੰਗ ਹੈ ਜਿਹੜੀ ਸਟਾਰਟ ਹੋ ਚੁੱਕੀ ਔਰ ਝਾਂਕੀਆਂ ਲਗਾਤਾਰ ਜਾ ਰਹੀ ਨੇ ਸਾਹਮਣੇ ਤਸਵੀਰਾਂ ਦੇਖੋ ਭਾਰੀ ਇਕੱਠ ਹੋ ਰਿਹਾ ਔਰ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਬਕਾਇਦਾ ਮੋਬਾਈਲਾਂ ਤੇ ਵੀ ਵੀਡੀਓਜ਼ ਬਣ ਰਹੀਆਂ ਨੇ ਇੰਨਾ ਕੁ ਲੋਕਾਂ ਨੂੰ ਉਤਸ਼ਾਹ ਹੋਇਆ ਕਹਿੰਦੇ ਸੀ ਕਿ ਦੁਸ਼ਹਿਰੇ ਨੂੰ ਲੈ ਕੇ ਲੋਕਾਂ ਦੇ ਵਿੱਚ ਉਤਸ਼ਾਹ ਨਹੀਂ ਪਰ ਦੇਖਿਆ ਜਾ ਸਕਦਾ ਹੈ ਕਿ ਭੀੜ ਇਕੱਠ ਲੋਕਾਂ ਦਾ ਦੇਸ਼ ਪ੍ਰਦੇਸ਼ਾਂ ਤੋਂ ਲੋਕੀ ਆਏ ਹੋਏ ਨੇ ਕਾਫੀ ਇਕੱਠਾ ਕੀਤਾ ਹੋਇਆ ਇੱਥੇ ਪੂਰੀ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਹੋਏ ਨੇ ਕੋਈ ਅਣਹੋਣੀ ਘਟਨਾ ਨਹੀਂ ਵਾਪਰ ਸਕਦੀ ਕਿਉਂਕਿ ਪੁਲਿਸ ਮੁਲਾਜ਼ਮਾਂ ਦੁਆਰਾ ਵੀ ਬਿਹਤਰੀਨ ਪ੍ਰਬੰਧ ਕੀਤੇ ਗਏ ਔਰ ਦੁਸ਼ਹਿਰਾ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਔਰ ਉਹਨਾਂ ਦੇ ਜਿੰਨੇ ਵੀ ਮੈਂਬਰਸ ਨੇ ਸਾਰਿਆਂ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਹੈ ਦੁਸ਼ਹਿਰੇ ਨੂੰ ਲੈ ਕੇ ਵੱਡੀਆਂ ਵੱਡੀਆਂ ਝਾਕੀਆਂ ਗੱਡੀਆਂ ਗਈਆਂ ਝਾਕੀਆਂ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਸੋ ਹੁਣ ਅਸੀਂ ਗਰਾਊਂਡ ਉਸ ਗਰਾਊਂਡ ਵਿੱਚ ਜਾ ਰਹੇ ਹਾਂ ਜਿੱਥੇ ਰਾਵਣ ਦਹਨ ਹੋਣਾ ਔਰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸਾਹਮਣੇ ਰਾਵਣ ਦਾ ਪੁਤਲਾ ਮੇਘਨਾਥ ਦਾ ਔਰ ਕੁੰਭਕਰਨ ਦਾ ਤਿੰਨਾਂ ਦੇ ਪੁਤਲੇ ਸਜਾਏ ਗਏ ਨੇ ਔਰ ਲੋਕਾਂ ਵਿੱਚ ਭਾਰੀ ਇਕੱਠ ਹੋਇਆ ਦੇਖਣ ਲਈ ਇਹ ਸਾਰਿਆਂ ਪਟਾਕਿਆਂ ਦੀ ਧੂਮ ਔਰ ਲੋਕਾਂ 'ਚ ਭਾਰੀ ਉਤਸ਼ਾਹ ਕਿਆ ਬਾਤ ਹੈ ਦੁਸ਼ਹਿਰਾ ਗਰਾਊਂਡ ਪਹੁੰਚ ਚੁੱਕੀਆਂ ਨੇ ਸੋ ਆਓ ਆਪਾਂ ਅੱਗੇ ਚੱਲਦੇ ਹਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਕਿਉਂਕਿ ਇਹਨਾਂ ਝਾਕੀਆਂ ਕਰਕੇ ਭਾਰੀ ਇਕੱਠ ਹੋ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਲੇ ਦੁਆਲੇ ਪੂਰਾ ਇਕੱਠ ਹੋ ਰੱਖਿਆ ਔਰ ਆਤਿਸ਼ਬਾਜ਼ੀ ਦਾ ਨਜ਼ਾਰਾ ਖੂਬ ਦੇਖਣ ਨੂੰ ਮਿਲ ਰਿਹਾ ਆਤਿਸ਼ਬਾਜ਼ੀ ਲਗਾਤਾਰ ਚਲਾਈ ਜਾ ਰਹੀ ਹੈ ਔਰ ਬਕਾਇਦਾ ਲਾਈਵ ਟੈਲੀਕਾਸਟ ਦੁਸ਼ਹਿਰੇ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਾਫ ਸਾਫ ਦੇਖ ਸਕਦੇ ਹੋ ਮੇਰੇ ਪਿੱਛੇ ਅੱਗੇ ਚਾਰੋਂ ਪਾਸੇ ਦੁਸ਼ਹਿਰੇ ਨੂੰ ਲੈ ਕੇ ਲੋਕਾਂ ਦਾ ਭਾਰੀ ਇਕੱਠ ਹੈ ਭਾਰੀ ਧੂਮਾਂ ਮਚਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਦੇਖ ਕੇ ਲੱਗ ਨਹੀਂ ਰਿਹਾ ਏਦਾਂ ਲੱਗ ਰਿਹਾ ਕਿ ਕਿਸੇ ਵੱਡੇ ਲੈਵਲ ਦਾ ਕੋਈ ਮਤਲਬ ਫੰਕਸ਼ਨ ਰੱਖਿਆ ਗਿਆ ਜਿਹਨੂੰ ਦੇਖਣ ਲਈ ਦੇਸ਼ਾਂ ਪ੍ਰਦੇਸ਼ਾਂ ਤੋਂ ਲੋਕੀ ਪਹੁੰਚੇ ਨੇ ਸ਼੍ਰੀ ਸੰਜੀਵ ਕੁਮਾਰ ਜੀ ਸਮਾਜ ਸੇਵੀ ਇਹਨਾਂ ਕਿਸੇ ਦੇ ਦੁਆਰਾ ਵੀ ਬਹੁਤ ਸੇਵਾ ਸੇਵਾ ਕੀਤੀ ਜਾਂਦੀ ਹੈ ਸੰਜੀਵ ਕੁਮਾਰ ਜੀ ਸੋ ਰਾਵਣ ਜਿਸ ਦਾ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਰਾਵਣ ਜੀ ਰੱਥ ਤੇ ਬੈਠ ਕੇ ਆ ਰਹੇ ਨੇ ਇਹ ਬਹੁਤ ਹੀ ਵਧੀਆ ਝਾਕੀ ਹੁੰਦੀ ਹੈ ਜਿਹੜੀ ਹਰ ਸਾਲ ਕੱਢੀ ਜਾਂਦੀ ਹੈ ਔਰ ਇਹ ਝਾਕੀ ਖਰੜ ਪੂਰੇ ਖਰੜ ਸ਼ਹਿਰ ਵਿੱਚੋਂ ਦੀ ਘੁੰਮ ਕੇ ਮਤਲਬ ਇਹ 1 ਵਜੇ ਸਟਾਰਟ ਹੁੰਦੀ ਹੈ ਖਰੜ ਸ਼ਹਿਰ ਤੋਂ ਪੂਰੀਆਂ ਘੁੰਮ ਕੇ ਸਾਰੀਆਂ ਝਾਕੀਆਂ ਦੁਸ਼ਹਿਰਾ ਗਰਾਊਂਡ ਆ ਕੇ ਪਹੁੰਚਦੀਆਂ ਨੇ ਭਾਰੀ ਇਕੱਠ ਇੱਥੇ ਹੁੰਦਾ ਹੈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾਂਦਾ ਔਰ ਤੁਸੀਂ ਦੇਖੋਗੇ ਕਿ ਬਾਹਰ ਵੀ ਦੁਕਾਨਾਂ ਦਾ ਵੀ ਭਾਰੀ ਇਕੱਠ ਹੈ ਵੱਖ ਵੱਖ ਤਰ੍ਹਾਂ ਦੀਆਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਔਰ ਵੱਖ ਵੱਖ ਤਰ੍ਹਾਂ ਦੇ ਲੋਕੀ ਕਹਿਣ ਦਾ ਭਾਵ ਦੇਸ਼ ਪ੍ਰਦੇਸ਼ ਤੋਂ ਲੋਕੀ ਇੱਥੇ ਪਹੁੰਚੇ ਹੋਏ ਨੇ ਕੁਝ ਤਸਵੀਰਾਂ ਬਿਲਕੁਲ ਸਾਫ ਸਾਫ ਨੇ ਅਸੀਂ ਇਸ ਸਮੇਂ ਅੱਜ ਸਰੋਵਰ ਖਾੜ ਦੇ ਵਿੱਚ ਖੜੇ ਹਾਂ ਤੁਸੀਂ ਲਾਈਵ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੇ ਹੋ ਇਸ ਸਮੇਂ ਦੁਸ਼ਹਿਰਾ ਗਰਾਊਂਡ ਦੇ ਮੈਦਾਨ ਵਿੱਚ ਅਸੀਂ ਖੜੇ ਹਾਂ ਔਰ ਚਾਰੇ ਪਾਸੇ
ठाठा मारदा कठ जिहड़ा है वो चारे पासे पूरा इस बार बहुत वधिया प्रबंध जिहड़े ने प्रशासन दे कीते गए ने। और ये बैंड जिहड़ा है ये ढोल बैंड स्पैशल जिहड़ा हैगा ये बाहरों मंगवाया सी। पहला गल होई सी कि इहदे विच औरतां भी पार्टिसिपेट कर रही ने और बड़ी खूबसूरत तरीके दे नाल इहनूं दशहरा ग्राउंड नूं अज डिजाइन किया गया और खूबसूरत तरीके दे नाल दशहरा जिहड़ा है तुसीं देख सकते हो कि रवायती कपड़ियां दे विच बैंड जिहड़ा है बाहरों मंगवाया गया और दशहरा कमेटी बधाई दी पात्र खड़ खास करके और जिन्हां ने इन्ना वधिया उपराला जिहड़ा है वह किया। मैं एक बार कैमरा पिछे घुमाउण नूं कहूँगा पूरे का पूरा टोल बैंड जिहड़ा है वह इन्हां दा आ रहा और साफ तस्वीर जिहड़ियां ने इस समय खड़ ग्राउंड दे विचों तुसीं लाइव तस्वीर साडे नाल साझियां कर रहे हो दशहरा दे विच और दशहरे का आनंद तुसीं लै रहे हो। लखां दी तादाद विच इस बार लोग जिहड़े ने वो श्रद्धालु ने वो जुड़े हुए ने और तस्वीर साफ साफ नज़र आ रही ने किस तरीके दे नाल टोज ताशा जिहड़ा वरसा है दादर मुंबई तो इन्हां दी पूरी टीम जिहड़ी है वो बुलाई गई है और बहुत वधिया प्रबंध जिहड़े ने वो किए गए ने खड़ दे ग्राउंड विच नजारा देखने को ऐसा लग रहा है कि जिवें मंदिरों के विच घंटियां वजदियां और अज साक्षात इत्थे सारियां घंटियां वज रहियां ओह कन्नां विच वज रहियां वखरा ही नजारा देखने को मिलिया महाराष्ट्र दे बैंड दा हौली हौली आ रही ने क्योंकि झाकियां काफी तरह दियां कई किस्म दियां झाकियां कढ़ियां जांदियां वख-वख तरह दियां झाकियां इत्थों देखण नूं मिलणगियां। लाइव तस्वीरां तुसीं देख सकदे हो दशहरे दियां किन्ना इकट्ठ मतलब हुण लखां तों उपर इकट्ठ कह सकदे हां कि इत्थे खरड़ शहर दे विच हो चुके हैं। महाराजा अज सरोवर दे विच जो कि दशहरा ग्राउंड भी मन्या जांदा है महाराजा अज सरोवर दे अंदर अज रावण दहन होने जा रहा है दशहरा मनाया जा रहा है लोगों विच भारी इकट्ठ है साफ साफ तस्वीर तुसीं देख सकते हो कि झाकियां भी आ रही ने माता राणी की झाकी होर भी वख-वख तरह दियां झाकियां इत्थे मौजूद ने जिहड़ियां अंदर आ रही ने।
शहरा कमेटी आपसे अपील करती है कि जाने में जल्दबाजी मत कीजिएगा, थोड़ा समय बोलिए भगवान श्री राम की, मर्यादा पुरुषोत्तम भगवान श्री राम की। इसके बाद आतिशबाजी का नजारा आपको देखने को मिलेगा। आपसे निवेदन है कि आप उस नजारे को, भव्य नजारे को देखें और जाने में जल्दबाजी मत कीजिएगा। पंजाब पुलिस की तरफ से ये निवेदन है कि कृपया व्यवस्था बनाए रखें, और अगर आपके पास कोई अनजानी वस्तु आपको कोई दिख रही है मैदान में, तो उसकी सूचना तुरंत अपने नजदीकी पुलिस कर्मचारी को दें ताकि वो आतिशबाजी का भव्य नजारा स्टेज के बिल्कुल सामने मेन गेट के पास आपको अभी देखने को मिलेगा। प्रणाम जी, शुरुआत कराएं जी आतिशबाजी की। ये आतिशबाजी खास तौर पर अमृतसर दरबार साहब में इसका आयोजन होता है, जो आप यहाँ पे पहली बार खंड में आप देखने जा रहे हैं। एक विशेष बात मैं और बताना चाहता हूँ कि जितनी भी आतिशबाजी है मैनुअल बनाई गई है, अपने हाथ से ये लोग बनाते हैं और आप खुद चलाते हैं। बोलिए मर्यादा पुरुषोत्तम भगवान श्री राम की। भाई बोली की आज विजय दशमी का स्वागत है, क्या पता आपकी एक जय के साथ आपको मिल जाए, आपको आपकी बोल में पाप सुधर जाए। बोलिए मर्यादा पुरुषोत्तम भगवान श्री राम की। आपकी हाल ही लग रही है इस पवित्र सरोवर से, जो कि माता आज के नाम से जाना जाता है। भगवान श्री राम का नाम इस पवित्र सरोवर से जुड़ा हुआ है, इसलिए आपकी हाजिरी लग रही है। बोलिए मर्यादा भगवान श्री राम की। दशहरा कमेटी के अध्यक्ष और दशहरा कमेटी के सभी सदस्यों द्वारा आए हुए गणमान्य सदस्य मुख्य मेहमान सभी का हार्दिक अभिनंदन, और दशहरा मौके में आए हुए सभी नगर निवासियों का कोटि कोटि आभार धन्यवाद, जिन्होंने व्यवस्था बनाई रखी उनका भी धन्यवाद। और जाते हुए कोई जल्दबाजी नहीं करेगा, ग्राउंड में धीरे धीरे आपके पब्लिक निकलेगी, चीज की समान और अपने बच्चों का ध्यान रखना है, जाने की जल्दबाजी नहीं करनी है। ये सारा टेलीकास्ट जो है पंजाब 360 जितना भी अभी का टेलीकास्ट है, वैसे तो ये लाइव चल रहा है, अगर आप इसे दोबारा देखना चाहें तो ज्यादा 360 चैनल जो है उस पर देख सकते हैं। पंजाब 360 चैनल का नाम है, इस पर ये फुटेज पड़ी है, अभी तो ये लाइव चल रहा है, उसके बाद आप कभी भी इसे देखना चाहें तो ये फुटेज
आप यहां से देख सकते हैं। पंजाब 365 और उसके बाद वो लेते ही फ्री होते हैं हर साल। अभी भी वो झांकियों की व्यवस्था करने के बाद अब फ्री हुए हैं। मैं आपसे निवेदन करूंगा क्योंकि आए 8 डायरेक्शन के डायरेक्टर सुमित शर्मा, पुनीत शर्मा, करण